ਐਡਵਾਂਸ ਨਹੀਂ ਦਿੰਦੇ ਜੇ ਕਿਸੇ ਦਾ ਮੁਤਮੇ ਦਾ ਦਿਲ ਨਹੀਂ ਹੁੰਦਾ ਐਡਵਾਂਸ ਦੇਣ ਤੇ ਕੋਈ ਇਤਰਾਜ਼ ਨਹੀਂ ਜੇਕਰ ਮੇਰੇ ਕੋਲ ਫਾਲਤੂ ਕੱਟੇ ਖੜੇ ਹੋਣ ਤੇ ਇਨਸ਼ਾਅੱਲਾ ਮੈਂ ਦੇਵਾਂਗਾ ਅੱਛਾ ਇਹ ਨਹੀਂ ਕਿ ਮੈਨੂੰ ਬਿਆਨਾ ਜ਼ਰੂਰੀ ਕਰਾਉਣ ਤੇ ਮੈਂ ਫਿਰ ਦੇਣੇ ਨੇ ਜੇਕਰ ਮੇਰੇ ਕੋਲ ਕਿਸੇ ਦਾ ਆਰਡਰ ਖੜਾ ਹੋਵੇਗਾ ਮੈਂ ਨਹੀਂ ਦੇਵਾਂਗਾ ਯਾਨੀ ਕਿ ਆਰਡਰ ਮੌਜੂਦ ਤੇ ਅੱਜ ਜੁਮੇ ਦਾ ਦਿਨ ਹੈ ਮੈਨੂੰ ਸਵੇਰੇ ਹਾਲਾਂਕਿ ਫੋਨ ਦੋ ਆਏ ਵੀ ਨੇ ਕਿ ਸ਼ਹਿਜ਼ਾਦ ਤੇਰੇ ਕੋਲ ਫਾਲਤੂ ਮਾਲ ਖੜਾ ਹੈ ਤੇ ਅਸੀਂ ਆ ਜਾਈਏ ਜੀ ਜੀ ਮੈਂ ਆਖਿਆ ਮੇਰੇ ਕੋਲ ਫਾਲਤੂ ਮਾਲ ਇਸ ਟਾਈਮ ਕੋਈ ਨਹੀਂ ਖੜਾ ਅੱਛਾ ਅੱਛਾ ਯਾਨੀ ਕਿ ਅਰਜੈਂਟ ਸਾਡੇ ਕੋਲ ਪੈਸੇ ਲਓ ਪੇਮੈਂਟ ਲਓ ਸਾਨੂੰ ਕੱਟੇ ਲੋਡ ਕਰਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸ਼ੁਰੂ ਕਰਤਾ ਹੂੰ ਅੱਲਾਹ ਕੇ ਨਾਮ ਸੇ ਜੋ ਬੜਾ ਮਿਹਰਬਾਨ ਨਹਾਇਤ ਰਹਿਮ ਕਰਨੇ ਵਾਲਾ ਹੈ ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ ਕਿਆ ਹਾਲ ਚਾਲ ਮੇਰੇ ਸੋਹਣੇ ਵੀਰਾਂ ਦਾ ਤੇ ਅੱਜ ਡੇਟ ਹੈ 3 ਸਤੰਬਰ 2021 ਬਰੋਜ਼ ਜੁਮਾਤੁਲ ਮੁਬਾਰਕ ਤੋ ਅੱਜ ਮੈਂ ਪਹੁੰਚਾ ਹੂੰ ਫਿਰੋਜ਼ ਵਟਵਾ ਤੋ ਯਹਾਂ ਪਰ ਆਪਕੋ ਨਜ਼ਰ ਆ ਰਹੇ ਹੋਂਗੇ ਮਾਸ਼ਾਅੱਲਾ ਨਹਾਇਤ ਹੀ ਖੂਬਸੂਰਤ ਜਾਨਵਰ ਕਟੀਆਂ ਕੱਟੇ ਝੋਟੀਆਂ ਸਭ ਕੁਛ ਨਜ਼ਰ ਆ ਰਿਹਾ ਹੈ ਵੀਡੀਓ ਕੋ ਸ਼ੁਰੂ ਕਰਨ ਸੇ ਪਹਿਲੇ ਮੈਂ ਦੋਸਤੋ ਸੇ ਇੱਕ ਹੀ ਗੁਜ਼ਾਰਿਸ਼ ਕਰਨਾ ਚਾਹੂੰਗਾ ਜੋ ਦੋਸਤ ਹਜ਼ਰਾਤ ਇਸ ਚੈਨਲ ਪਰ ਨਏ ਹੈ ਉਸੇ ਗੁਜ਼ਾਰਿਸ਼ ਕਰਤਾ ਚੈਨਲ ਕੋ ਕਰ ਲੈਣ ਸਬਸਕ੍ਰਾਈਬ ਔਰ ਬੈਲ ਆਈਕਨ ਕੋ ਵੀ ਦਬਾ ਦੇ ਤਾਂ ਕਿ ਜਦ ਵੀ ਹਮ ਨਈ ਵੀਡੀਓ ਬਣਾਏ ਆਪ ਤੱਕ ਨੋਟੀਫਿਕੇਸ਼ਨ ਕੇ ਜ਼ਰੀਏ ਪਹੁੰਚ ਸਕੇ ਵੀਡੀਓ ਕੋ ਪਲੀਜ਼ ਕੰਪਲੀਟ ਦੇਖਾ ਕਰੇ ਇਨਸ਼ਾਅੱਲਾ ਆਪਕੋ ਜ਼ਰੂਰ ਫਾਇਦਾ ਮਿਲੇਗਾ ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ ਵਾਲੇਕਮ ਸਲਾਮ ਵਰਹਿਮਤੁਲਾਹਿ ਵਬਰਕਾਤੁਹ ਭਾਈ ਜਨ ਕੀ ਹਾਲ ਹੈ ਸ਼ੁਕਰ ਹੈ ਮਾਲਕ ਦਾ ਅੱਛਾ ਸਭ ਤੋਂ ਪਹਿਲਾਂ ਆਪਣਾ ਨਾਮ ਸ਼ਹਿਜ਼ਾਦ ਮੇਰਾ ਨਾਮ ਤੇ ਲੋਕੇਸ਼ਨ ਆਪਣੀ ਕੀ ਐਡਰੈਸ ਯਾਨੀ ਕਿ ਜ਼ਿਲ੍ਹਾ ਸ਼ੇਖਪੁਰਾ ਫਿਰੋਜ਼ ਵਟਵਾ ਜੀ ਲੱਕੀ ਪੰਪ ਪੀਐਸਓ ਪੀਐਸਓ ਪੰਪ ਜਿਹੜੇ ਇੱਥੇ ਆ ਕੇ ਤੁਹਾਨੂੰ ਕਾਲ ਕਰ ਲੈਣ ਮਾੜਾ ਜਿਹਾ ਫੋਨ ਕਰ ਦੋ ਤਿੰਨ ਪੁਕਾਰੀਆਂ ਥੱਲੇ ਪਾ ਜੀ 2 ਏਕੜ ਦਾ ਫਾਸਲਾ ਭਾਈ ਬਿਲਕੁਲ ਹੀ ਨਜ਼ਦੀਕ ਨੇ ਅੱਡੇ ਥੋੜਾ ਬੈਕ ਨੇ ਹੈ ਲੇਕਿਨ ਅੱਡਾ ਹੀ ਉੱਪਰ ਹੀ ਹੈ ਮੇਨ ਰੋਡ ਫੈਸਲਾਬਾਦ ਰੋਡ ਵੀ ਹੈ ਔਰ ਸਾਥ ਸਾਥ ਸ਼ਹਿਪੁਰਾ ਰੋਡ ਵੀ ਹੈ ਔਰ ਨਨਕਾਣਾ ਸਾਹਿਬ ਵੀ ਰੋਡ ਹੈ ਇਹ 3 ਰੋਡ ਲਗਤੇ ਹੈ ਸ਼ਹਿਜ਼ਾਦ ਭਾਈ ਕੋ ਅੱਛਾ ਸ਼ਹਿਜ਼ਾਦ ਭਾਈ ਸੇ ਪੁੱਛਤੇ ਹੈ ਅੱਜ ਕਿਤਨੇ ਜਾਨਵਰ ਲੈ ਕਰ ਆਏ ਹੈ ਤੋ ਸਭੀ ਕੋ ਜਾਣੇਂਗੇ ਅੱਜ ਡੇਟ ਦੁਬਾਰਾ ਬਤਾ ਦੇਤੇ ਹੈ 3 ਸਤੰਬਰ ਬਰੋਜ਼ ਜੁਮਾਤੁਲ ਮੁਬਾਰਕ 2021 ਜੀ ਇੰਜ ਜੀ ਸ਼ਹਿਜ਼ਾਦ ਭਾਈ ਅੱਛਾ ਜੀ ਸ਼ਹਿਜ਼ਾਦ ਭਾਈ ਅੱਜ ਮਾਸ਼ਾਅੱਲਾ ਟੋਟਲ ਕਿੰਨੇ ਜਾਨਵਰ ਲੈ ਕੇ ਆਏ ਜੀ ਤਕਰੀਬਨ 100 ਤੋਂ ਉੱਤੇ ਉੱਤੇ ਹੋਣੇ 100 ਤੋਂ ਉੱਤੇ ਨੇ ਤਕਰੀਬਨ 6-7 ਝੋਟੀਆਂ ਨੇ ਜੀ ਜੀ ਤੇ ਬਾਕੀ ਜਿਹੜੇ ਨੇ ਕੋਈ ਮੇਰੇ ਹਿਸਾਬ ਨਾਲ 90-95 ਯਾਨੀ ਕਿ ਕਟੀਆਂ ਕੱਟੇ ਨੇ 90-95 ਕਟੀਆਂ ਨੇ ਤੇ 8 ਝੋਟੀਆਂ ਨੇ ਜੀ ਜੀ ਹਾਂ ਨਾਮੀ ਤੁਹਾਡੀ ਆਪਦੀ ਹੈ ਜੀ ਜੀ ਬਿਲਕੁਲ ਹੁੰਦਾ ਤਾਂ ਤੁਹਾਨੂੰ ਅੱਗੇ ਹੀ ਆਨੇ ਵੀ ਅਸੀਂ ਲੱਸੀ ਪੀਨੇ ਹਾਂਜੀ ਉਹ ਤਾਂ ਮੈਂ ਜਿੱਦਾਂ ਮੈਂ 200 ਦਾ ਪੀਨਾ ਤੁਸੀਂ 200 ਦਾ ਜਿਹੜੇ ਹੱਕ ਦੀ ਗੱਲ ਕਰਨੀ ਨਾ ਮੈਂ ਉਹ ਕਰਾਂਗਾ ਇਨਸ਼ਾਅੱਲਾ ਜੀ ਅੱਛਾ ਮੈਂ ਆਪਦੇ ਭਰਾ ਕੋਲ ਪੁੱਛਣਾ ਚਾਹਣਾ ਇਹ ਕਿੱਥੇ ਕਿੱਥੇ ਮਾਲ ਜਾ ਰਿਹਾ ਕਿਹੜੇ ਕਿਹੜੇ ਇਲਾਕੇ ਜਾ ਰਿਹਾ 15 ਘੰਟੇ ਜਾਣੇ ਨੇ ਆਪਣਾ ਇੱਥੇ ਸ਼ਕਰਗੜ ਜੀ ਜੀ ਤੇ ਤਕਰੀਬਨ 25 ਘੰਟੇ ਜਾਣੇ ਨੇ ਆਪਣਾ ਸਿਆਲਕੋਟ 40 ਹੋ ਗਿਆ ਝੋਟੀਆਂ ਸ਼ਹਿਜ਼ਾਦ ਭਾਈ ਤੁਸੀਂ ਮਾਸ਼ਾ ਜਾਨਵਰ ਤੁਹਾਡੇ 100 ਦੇ ਉੱਤੇ ਨੇ ਤੇ ਇੰਨੇ ਐਕਸਟਰਾ ਜਾਨਵਰ ਕਿਉਂ ਲੈ ਕੇ ਆਉਂਦੇ ਜੀ ਆਖਰ ਇਹਦੇ ਕੀ ਰਾਜ਼ ਹੈ ਇਹ ਰਾਜ਼ ਹੈ ਕਿ ਜਾਨਵਰ ਮੈਂ ਫਾਲਤੂ ਇਸ ਤੋਂ ਲੈ ਕੇ ਆਉਣਾ ਕਿ ਆਪਣੀ ਮਰਜ਼ੀ ਨਾਲ ਵਿੱਚੋਂ ਕੱਢ ਕੇ ਜਾਵਣ ਜਿਹਨਾਂ ਨਹੀਂ ਪਸੰਦ ਉਹ ਛੱਡ ਜਾਵਣ ਆਪਣੀ ਮਰਜ਼ੀ ਨਾਲ ਜਿਹੜੇ ਪਸੰਦ ਹੋਣ ਉਹ ਲੈ ਕੇ ਜਾਵਣ ਆਪਣੀ ਮਰਜ਼ੀ ਨਾਲ ਪਸੰਦ ਯਾਨੀ ਕਿ ਤੁਹਾਡਾ ਕੋਈ ਹੱਥ ਤੁਸੀਂ ਰੋਕ ਟੋਕ ਨਹੀਂ ਹੋਏਗਾ ਸਾਡਾ ਕੋਈ ਰੋਕ ਟੋਕ ਨਹੀਂ ਇਸ ਵਜ੍ਹਾ ਤੋਂ ਜ਼ਿਆਦਾ ਜਾਨਵਰ ਲਿਆਈਦੇ ਨੇ ਕੋਈ ਐਸੇ ਜਾਨਵਰ ਹੁੰਦੇ ਨੂੰ ਪਸੰਦ ਹੀ ਨਹੀਂ ਆਉਂਦੇ ਵੀ ਛੱਡਣੇ ਪੈ ਜਾਂਦੇ ਨੇ ਬੇਸ਼ੱਕ ਹੀ ਛੱਡਣੇ ਪੈ ਮੈਨੂੰ 15 ਦਾ ਬਿਆਨਾ ਦਿੱਤਾ ਕਿ ਮੈਂ 15 ਹੀ ਲੈ ਕੇ ਜਾਣੇ ਨੇ ਮੇਰਾ ਇਹ ਹੀ ਦਿਲ ਹੁੰਦਾ ਕਿ 15 ਦੀ ਬਜਾਏ ਮੈਂ 30 ਲੈ ਕੇ ਜਾਵਾਂ 15 ਵਜੇ ਤੀ ਤੁਸੀਂ ਯਾਨੀ ਕਿ ਅੱਜ ਬਾਕੀ ਜੇ ਅਗਰ ਮੈਂ 15 ਵੀ ਲਿਆਵਾਂਗਾ ਨਾ ਜੀ ਜੀ ਇਨਸ਼ਾਅੱਲਾ ਮੈਂ ਕੱਟਾ ਸਾਫ ਸੁਥਰਾ ਸੋਹਣੇ ਲਿਆਵਾਂਗਾ ਉਹਦਾ ਦਿਲ ਨਹੀਂ ਕਰੇਗਾ ਕਿ ਮੈਂ ਕੱਟਾ ਛੱਡ ਕੇ ਜਾਵਾਂ ਅੱਛਾ ਅੱਛਾ ਸ਼ਹਿਜ਼ਾਦ ਭਾਈ ਮੈਂ ਕੱਲ ਵੀ ਇੱਕ ਸਵਾਲ ਕੀਤਾ ਸੀ ਰਾਜਾ ਕਜਵੇਦ ਅੱਗੇ ਲੋਕਾਂ ਦਾ ਧਿਆਨ ਇਧਰ ਕੱਟਿਆਂ ਵਾਲੇ ਕਿਉਂ ਆਇਆ ਕੱਟਿਆਂ ਵਾਲੇ ਪੈ ਜਾਂਦੇ ਇਸ ਤੋਂ ਇਹ ਕਿ ਇਹ ਇੱਕ ਤਾਂ 2-3 ਮਹੀਨੇ ਸਿਰਫ ਕੱਟਾ ਰੱਖਣਾ ਪੈਂਦਾ ਅੱਛਾ ਉਸ ਤੋਂ ਅੱਗੇ ਵੀ ਤੁਸੀਂ ਇੱਕ ਵਾਰੀ ਪਤਾ ਮੇਰੀ ਵੀਡੀਓ ਬਣਾਈ ਸੀ ਤੇ ਮੈਂ ਤਾਂ ਵੇਖੋ ਨਾ ਮੈਂ ਆਪ ਪਰੇਸ਼ਾਨ ਹੋ ਗਿਆ ਸੀ ਕਿ ਉਹਨਾਂ ਆਖਿਆ ਕਿ 25-30 ਹਜ਼ਾਰ ਕੱਟਾ ਛੱਡ ਜਾਂਦਾ ਅੱਛਾ ਹਾਂ ਬਿਲਕੁਲ ਕਿਆ ਸੀ ਉਹਨਾਂ ਫੈਸਲਾਬਾਦ ਸਾਈਡ ਰਜਾਨੇ ਦੇ ਫੈਸਲਾ ਹਾਂ ਜੜਾਣੇ ਬੰਦੇ ਬਿਲਕੁਲ ਜੜਾਣੇ ਆਦਮੀ ਸੀ ਉਹਨਾਂ ਕੱਟੇ ਖਰੇ 15-16 ਲੈ ਗਏ ਸੀ ਜੀ ਜੀ ਉਹਨਾਂ ਕਿਹਾ ਸੀ 25-50 ਹਜ਼ਾਰ ਲੱਦੀਆਂ ਸੀ ਜੀ ਬਿਲਕੁਲ ਜੀ ਐਵੇਂ ਗੱਲ ਹੈ ਉਹਨਾਂ ਕਿਹਾ ਜੇ ਕੰਮ ਅਸੀਂ ਕਰਨਾ ਛੱਡ ਦੇਵਾਂਗੇ ਜੇ 20-25 ਹਜ਼ਾਰ ਰੁਪਇਆ ਕੱਟਾ ਨਾ ਛੱਡੇ ਬਿਲਕੁਲ ਜੀ ਇਹ ਵੀ ਤੂੰ ਪੁੱਛਿਆ ਵੀ ਵਜ਼ਨ ਕਿੰਨਾ ਪਾਉਣਾ ਚਾਹੀਦਾ ਜੀ ਪੁੱਛਿਆ ਸੀ ਉਹਨਾਂ ਆਖਿਆ ਵੀ 200 ਤੋਂ ਥੱਲੇ ਤੇ 150 ਦੇ ਉੱਤੇ ਪਾਉਣਾ ਚਾਹੀਦਾ ਬਿਲਕੁਲ ਇੰਜ ਗੱਲ ਕਿਹਾ ਸੀ ਇੰਜ ਹੀ ਇੰਜ ਗੱਲ ਹੈ ਜੀ
ਵੇਖੋ ਜੀ ਅਸਾਂ ਤਾਂ ਜਿਹੜਾ ਨਾ ਅੱਜ ਲਿਆਂਦੇ ਨੇ ਸੁਬਹ ਦੇ ਦਿੱਤੇ ਨੇ ਸਾਨੂੰ ਤੇ ਇਸ ਗੱਲ ਦਾ ਇਲਮ ਨਹੀਂ ਹੈ ਬਾਕੀ ਇੰਨਾ ਕੁ ਸਾਨੂੰ ਪਤਾ ਹੈ ਕਿ 200 ਤੋਂ ਥੱਲੇ ਤੇ 150 ਦੇ ਉੱਤੇ ਕੱਟਾ ਜਿਹੜਾ ਪਾਉਣਾ ਚਾਹੀਦਾ ਉਹ ਇਨਸ਼ਾਅੱਲਾ ਰਿਜ਼ਕ ਦਿੰਦਾ ਰਿਜ਼ਕ ਦਿੰਦਾ ਕਿਸ ਵਾਸਤੇ ਇੱਕ ਕੱਟਾ ਇਹ ਗਰੋਥ ਵੀ ਕਰਦਾ ਹੈ ਕੱਟਾ ਟੁਰਿਆ ਹੁੰਦਾ ਬਿਲਕੁਲ ਸਹੀ ਗੱਲ ਹੈ ਅੱਛਾ ਇਹ ਆਪਣੇ ਕੋਲ ਇਸ ਟਾਈਮ ਕਿੰਨੇ ਵਜ਼ਨ ਵਾਲੇ ਕੱਟੇ ਮੌਜੂਦ ਖੜੇ ਨੇ ਮੇਰੇ ਕੋਲ ਤਕਰੀਬਨ 15 ਕੱਟੇ ਤੇ ਜਿਹੜੇ ਨੇ ਜਾਣੇ ਇਹਨਾਂ ਸ਼ਕਰਗੜ ਉਹ 100 110 ਹਾਂਜੀ ਉਸ ਤੋਂ ਕੱਟੇ ਨੇ ਤਕਰੀਬਨ 120 130 ਇਹ 20 ਜਾਣੇ ਨੇ ਇੱਥੇ ਆਪਣਾ ਝੰਗ ਹਾਂਜੀ ਤੇ ਜਿਹੜੇ 150 ਦੇ ਦਰਮਿਆਨ ਕੱਟੇ ਨੇ ਇਹ ਜਾਣੇ ਨੇ ਸਿਆਲਕੋਟ ਜਿਹੜੇ 150 ਦਰਮਿਆਨ ਉਹ ਸਿਆਲਕੋਟ ਜਾਣੇ ਨੇ ਯਾਨੀ ਕਿ 160 150 ਯਾਨੀ ਕਿ ਮਿਕਸ ਕੱਟੇ ਖਲੇ ਨਾ ਹੋਲੇ ਪਾਰੇ ਜੀ ਜੀ ਹਾਂ ਅੱਛਾ ਮੈਂ ਹੁਣ ਤੁਹਾਡੇ ਕੋਲ ਇਹ ਹੁਣ ਪੁੱਛਣਾ ਚਾਹਣਾ ਕਾਫੀ ਦੋਸਤਾਂ ਦਾ ਸ਼ਿਕਵਾ ਹੁੰਦਾ ਐਡਵਾਂਸ ਦਾ ਬੜਾ ਮਸਲੇ ਮਸਾਇਲ ਬਣਦੇ ਪਏ ਨੇ ਐਡਵਾਂਸ ਦੇ ਦਈਏ ਉਸ ਤੋਂ ਬਾਅਦ ਜਾਨਵਰ ਛੇਤੀ ਨਹੀਂ ਲੱਭਦੇ ਨਾ ਉਹ ਜਲਦੀ ਫੋਨ ਅਟੈਂਡ ਕਰਦੇ ਨੇ ਲੇਕਿਨ ਮੇਰੀ ਵੀਡੀਓ ਤੁਸੀਂ ਬਣਾਉਂਦੇ ਹੋ ਮੈਨੂੰ ਕਿਸੇ ਐਡਵਾਂਸ ਦਿੱਤਾ ਹੋਵੇ ਕਿ ਮੈਂ ਕਿਸੇ ਨੂੰ ਤੰਗ ਕੀਤਾ ਹੋਵੇ ਪਰੇਸ਼ਾਨ ਕੀਤਾ ਹੋਵੇ ਜੀ ਜੀ ਮੇਰੇ ਕੋ ਫਿਰ ਤੁਸੀਂ ਮੇਰੇ ਟੈਗ ਲਿਆ ਸਕਦੇ ਬਿਲਕੁਲ ਜੀ ਮੈਂ ਅਸਲ ਲੋਕ ਪਰੇਸ਼ਾਨ ਜ਼ਿਆਦਾ ਇਸ ਗੱਲ ਤੋਂ ਨੇ ਕਿਉਂਕਿ ਪਹਿਲੀਆਂ ਜੇ ਲੋਕਾਂ ਨੇ ਐਡਵਾਂਸ ਕੱਲ ਹੀ ਆਇਆ ਮੈਂ ਕੱਲ ਹੀ ਸੱਦ ਲਿਆ ਮੇਰੇ ਕੋ ਕੱਟੇ ਫਾਲਤੂ ਖੜੇ ਸੀ ਉਹ ਭਾਈ ਬੈਠੇ ਨੇ ਮੈਂ ਆਖਿਆ ਤੁਸੀਂ ਜੇ 8 ਦਿਨਾਂ ਦਾ ਟਾਈਮ ਜੇ ਦੇਣਾ ਜੀ ਜੀ ਮੇਰੇ ਕੋਲ ਕੱਟੇ ਹੈਗੇ ਨੇ ਤੁਸੀਂ ਸਵੇਰੇ ਹੀ ਆ ਜਾਓ ਉਹ ਭਾਈ ਕੋਲ ਬੈਠੇ ਨੇ ਮੈਂ ਅੱਜ ਮੰਗਾ ਲਿਆ ਮੈਨੂੰ ਕੱਲ ਬਿਆਨਾ ਕਰਾਇਆ ਨੇ 5000 ਰੁਪਈਆ 5000 ਰੁਪਈਆ ਬਿਆਨਾ ਜੀ ਬਿਲਕੁਲ ਪੱਕੀ ਗੱਲ ਹੈ ਇਨਸ਼ਾਅੱਲਾ ਭਾਈ ਜਨ 25 ਕੱਟੇ ਦੇ ਰਹੇ ਜੇ 25 ਕੱਟੇ ਦੇਣੇ ਨੇ ਵੇਖੋ ਹੁਣ ਵਿੱਚ ਕੋ 2-4 ਕੱਟ ਵੀ ਜਾਣ ਉਹਨਾਂ ਦੀ ਮੇਰੇ ਤੇ ਸ਼ਫਕਤ ਤੇ ਮਿਹਰਬਾਨੀ ਹੈ ਹਾਂਜੀ ਫਿਰ ਮੈਂ ਉਹਨਾਂ ਨੂੰ ਦੇ ਦਿਆਂਗਾ ਬਾਹਰ ਲੇਕਰ ਮੈਂ ਉਹਨਾਂ ਨੂੰ ਸਾਦਿਆ ਹੈ ਬਾਕੀ ਉਹਨਾਂ ਨੂੰ ਕੱਟੇ ਦੇਣੇ ਨੇ ਇਨਸ਼ਾਅੱਲਾ ਅੱਛਾ ਕੁਝ ਦੋਸਤ ਹਜ਼ਰਾਤ ਐਡਵਾਂਸ ਨਹੀਂ ਵੀ ਦੇਣਾ ਚਾਹੁੰਦੇ ਕਿਉਂ ਹੁਣ ਅਕਸਰ ਸਵਾਲ ਇਹ ਪੈਦਾ ਹੋ ਰਿਹਾ ਐਡਵਾਂਸ ਨਹੀਂ ਦਿੰਦੇ ਜੇ ਕਿਸੇ ਦਾ ਮੁਤਮੈਨ ਦਿਲ ਨਹੀਂ ਹੁੰਦਾ ਐਡਵਾਂਸ ਦੇਣ ਤੇ ਕੋਈ ਇਤਰਾਜ਼ ਨਹੀਂ ਜੇਕਰ ਮੇਰੇ ਕੋ ਫਾਲਤੂ ਕੱਟੇ ਖਲੇ ਹੁੰਦੇ ਇਨਸ਼ਾਅੱਲਾ ਮੈਂ ਦੇਵਾਂਗਾ ਅੱਛਾ ਇਹ ਨਹੀਂ ਕਿ ਮੈਨੂੰ ਬਿਆਨਾ ਜ਼ਰੂਰੀ ਕਰਾਉਣ ਤੇ ਮੈਂ ਫਿਰ ਦੇਣੇ ਨੇ ਜੇਕਰ ਮੇਰੇ ਕੋਲ ਕਿਸੇ ਦਾ ਆਰਡਰ ਖੜਾ ਹੋਵੇਗਾ ਮੈਂ ਨਹੀਂ ਦੇਵਾਂਗਾ ਯਾਨੀ ਕਿ ਆਰਡਰ ਮੌਜੂਦ ਤੇ ਅੱਜ ਜੁਮੇ ਦਾ ਦਿਨ ਹੈ ਮੈਨੂੰ ਸਵੇਰੇ ਹਾਲਾਂਕਿ ਫੋਨ 2 ਆਏ ਵੀ ਨੇ ਕਿ ਸ਼ਹਜ਼ਾਦ ਤੇਰੇ ਕੋ ਫਾਲਤੂ ਮਾਲ ਖੜਾ ਹੈ ਤੇ ਅਸੀਂ ਆ ਜਾਈਏ ਜੀ ਜੀ ਮੈਂ ਆਖਿਆ ਮੇਰੇ ਕੋ ਫਾਲਤੂ ਮਾਲ ਇਸ ਟਾਈਮ ਕੋ ਨਹੀਂ ਖੜਾ ਅੱਛਾ ਅੱਛਾ ਯਾਨੀ ਕਿ ਅਰਜੈਂਟ ਸਾਡੇ ਕੋ ਪੈਸੇ ਲਓ ਪੇਮੈਂਟ ਲਓ ਸਾਨੂੰ ਕੱਟੇ ਲੋਡ ਕਰਾ ਮੈਂ ਆਖਿਆ ਮੇਰੇ ਕੋਲ ਨਹੀਂ ਆਏ ਸ਼ਹਜ਼ਾਦ ਭਾਈ ਮਾਸ਼ਾਅੱਲਾ ਤੁਸੀਂ ਬੜੇ ਬੜੇ ਇਲਾਕੇ ਕਵਰ ਕਰਦੇ ਬੜੀ ਬੜੀ ਮੰਡੀਆਂ ਕਵਰ ਕਰਦੇ ਜੀ ਤੇ ਬੈਸਟ ਤਰੀਕਾ ਇਹ ਨਹੀਂ ਦਾ ਤੁਸੀਂ ਇਹ ਵੀ ਨਾਲ ਐਲਾਨ ਕਰ ਦਿਓ ਕਿ ਐਡਵਾਂਸ ਬਗੈਰ ਜਿਹੜੇ ਦੋਸਤ ਨਹੀਂ ਵੀ ਆਉਣਾ ਚਾਹੁੰਦੇ ਲੇਕਿਨ ਹਾਂ ਟਾਈਮ ਪੂਰਾ ਮੁਕਰਰ ਕਰਕੇ ਆਉਣ ਜਿਹੜਾ ਤੁਹਾਡਾ ਜੁਮੇ ਦਾ ਜੁਮੇ ਦਾ ਟਾਈਮ ਜਿਹੜਾ ਤੁਸੀਂ ਦੇਣਾ ਤੇ ਦਿੱਤੀ ਜਾਓ ਕੋਈ ਗੱਲ ਨਹੀਂ ਜਦੋਂ ਤੁਸੀਂ ਅਕਸਰ ਬੰਦਿਆਂ ਨੂੰ ਦੇ ਰਹੇ ਜੇ ਕੋਈ ਮਜਬੂਰੀ ਮੇਰੀ ਨੂੰ ਸੁਣਿਆ ਜੇ ਮੇਰੀ ਸੁਣ ਲੈ ਫਿਰ ਤੁਸੀਂ ਜੋ ਮਰਜ਼ੀ ਗੱਲ ਕਰਿਆ ਜੇ ਕੁਝ ਦੋਸਤ ਹਜ਼ਰਾਤ ਦੇ ਸ਼ਿਕਵੇ ਇਹੋ ਹੀ ਹੁੰਦੇ ਨੇ ਕਿ ਐਡਵਾਂਸ ਸਾਡਾ ਦਿਲ ਮੁਤਮਿਨ ਨਹੀਂ ਹੈਗਾ ਚਲੋ ਤੁਸੀਂ ਬੰਦੇ ਨਾਇਸ ਜੇ ਤੁਹਾਡਾ ਸ਼ਿਕਵਾ ਵੀ ਅੱਜ ਤੱਕ ਨਹੀਂ ਆਇਆ ਬਲਕਿ ਮੈਂ ਜਿੰਨਾ ਵੀਡੀਓ ਹੁਣ ਮੈਂ ਬਣਾ ਪਿਆ ਉਹਨਾਂ ਮੇਰੀ ਕੁਛ ਇਹ ਬੰਦਾ ਅੱਛਾ ਹੋਵੇ ਤਾਂ ਕਿ ਮੇਰੇ ਸਬਸਕ੍ਰਾਈਬਰ ਤੇ ਮੇਰੀ ਫੈਮਿਲੀ ਦਾ ਜੀ ਜੀ ਮੈਂ ਉਹ ਵੀ ਤੁਹਾਨੂੰ ਦੱਸਣਾ ਵਾ ਵਿੱਚ ਹੈ ਵੇ ਜੀ ਜੀ ਉਹਨੇ ਆਖਿਆ ਕਿ ਸ਼ਹਜ਼ਾਦ ਜ਼ਬਾਨ ਨਹੀਂ ਬੰਦੇ ਦੀ ਬੰਦਾ ਕੁਝ ਨਹੀਂ ਬਾਕੀ ਮੈਂ ਤੈਨੂੰ ਬਿਆਨਾ ਨਹੀਂ ਕਰਾਉਣਾ ਠੀਕ ਹੈ ਮੈਂ ਤੇਰੀਆਂ ਵੀਡੀਓ ਵੀ ਸਾਰੀਆਂ ਵੇਂਦਾ ਵਾ ਕੱਟੇ ਵੀ ਤੇਰੇ ਕੋ ਲੈਣੇ ਨੇ ਬਾਕੀ ਕੱਟੇ ਤੋਂ ਲਿਆਂਦੇ ਤੂੰ ਮੈਨੂੰ ਫੌਰਨ ਫੋਨ ਕਰਨਾ ਮੈਂ ਨਾ ਵਾ ਫਿਰ ਗੱਲ ਕਰਨੀ ਬਾਕੀ ਉਹਨੇ ਫੋਨ ਕੀਤਾ ਉਹ ਆ ਗਿਆ ਬਿਲਕੁਲ ਆਇਆ ਉਹ ਟਾਈਮ ਤੇ ਆਇਆ ਮੈਂ ਕੱਲ ਫੋਨ ਕੀਤਾ ਉਹ ਸਵੇਰ ਸਾਰਿਆਂ ਤੋਂ ਪਹਿਲੇ ਆਇਆ ਕੀ ਬਾਤ ਹੈ ਮਾਸ਼ਾਅੱਲਾ ਇਤਮਾਦ ਅੱਛੀ ਚੀਜ਼ ਹੈ ਇੱਕ ਉਸ ਤੋਂ ਬਾਅਦ ਤੁਹਾਡਾ ਇੱਕ ਹੋਰ ਚੀਜ਼ ਵੇਖੀ ਗਈ ਤੁਸੀਂ ਕੱਟੇ ਵੀ ਮਾਸ਼ਾਅੱਲਾ ਅੱਛੀ ਕੁਆਲਿਟੀ ਦੇ ਲੈ ਤੇ ਆਉਂਦੇ ਜੇ ਔਰ ਲਿਸੇ ਲੈ ਤੇ ਆਉਂਦੇ ਜੇ ਤਾਂ ਕਿ ਮੇਰੇ ਜਿਹੜੇ ਦੋਸਤ ਹਜ਼ਰਾਤ ਨੇ ਆਵਣ ਦੁਬਾਰਾ ਲਿਸਾ ਕੱਟਾ ਜਿਹੜਾ ਹੈ ਨਾ ਇੱਕ ਤਾਂ ਇਹ ਲੈ ਕੇ ਜਾਂਦੇ ਨੇ ਨਾ ਇਹਨੇ ਅੱਗੇ ਵਧਣਾ ਇਹਨੂੰ ਜੇਕਰ ਫੀਡ ਵੰਡਾ ਜਾਂ ਕੋਈ ਸੈਲਜ ਪਾਉਣਾ ਹੈ ਨਾ ਜੀ ਜੀ ਇਹਨੇ ਮੋਟਿਆ ਹੋਣਾ ਜੇਕਰ ਮੋਟਾ ਕੱਟਾ ਲੈ ਕੇ ਜਾਣ ਦੇ ਉਹਨੇ ਹਰਨਾ ਹੈ ਇੱਕ ਵਾਰੀ ਅੱਛਾ ਅੱਛਾ ਜੇਕਰ ਲਿਸਾ ਕੱਟਾ ਹੋਵੇਗਾ ਕੱਦ ਛਾੜ ਵਾਲਾ ਹੋਵੇਗਾ ਉਹਨੂੰ ਯਾਨੀ ਕਿ ਖੁਰਾਕ ਪਾਉਣ ਦੇ ਇਨਸ਼ਾਅੱਲਾ ਉਹਨੂੰ ਜਾਂਦੇ ਜਾ ਕੇ ਲੱਗੇਗੀ ਜਾਂਦਾ ਲੱਗ ਤਾਂ ਜਾਣੀ ਹੈ ਹਾਂਜੀ ਲੇਕਿਨ ਉਹਦੇ ਥੋੜੀ ਮਿਹਨਤ ਹੈਗੀ ਭਾਈ ਜਾਨ ਭਾਈ ਜਾਨ ਮਿਹਨਤ ਹੈ ਬਾਕੀ ਉਹਨਾਂ ਮਿਹਨਤ ਦਾ ਫਲ ਲੈਣਾ ਮਿਹਨਤ ਦਾ ਫਲ ਅੱਲਾ ਹੀ ਦੇਣਾ ਹਾਂਜੀ ਅੱਲਾ ਦੇਣਾ ਹੈ ਮਿਹਨਤ ਕੀਤੀ ਤਾਂ ਉਹ ਫਲ ਮਿਲਣਾ ਮਿਲਣਾ ਮੇਰੇ ਭਰਾ ਨੂੰ ਜਿਸ ਤਰੀਕੇ ਤੁਸੀਂ ਮਿਹਨਤ ਕਰ ਰਹੇ ਜੇ ਭਰਾਵਾਂ ਵਾਸਤੇ ਸਪੈਸ਼ਲ ਕੱਟੇ ਲੈ ਕੇ ਯਾਰ ਅੱਛਾ ਹੁਣ ਆਪਾਂ ਕੱਟਿਆਂ ਦਾ ਮੈਂ ਤੁਹਾਡੇ ਕੋਲ ਰੇਟ ਪੁੱਛਣਾ ਚਾਹਣਾ ਜੀ ਛੋਟੇ ਕੱਟੇ ਤਕਰੀਬਨ 150 kg ਤੱਕ ਜਿਹੜਾ ਕੱਟਾ ਹੈ ਉਹਦਾ ਤੁਸੀਂ ਕੀ ਰੇਟ ਲਾ ਰਹੇ ਜੇ ਅਸੀਂ ਤਕਰੀਬਨ 270 ਰੁਪਏ ਦੇ ਰਹੇ ਹਾਂ 300 ਕਿਲੋਮੀਟਰ ਤੱਕ ਡਿਲੀਵਰੀ ਮੇਰੀ ਫ੍ਰੀ ਹੈ ਨਹੀਂ ਭਾਈ ਜੀ 320 ਮੈਂ ਅੱਜ ਕਰ ਦੇਣੀ ਹੈ ਤੁਸੀਂ 300 ਵਾਰ ਦੀ ਵਾਰ ਤੁਹਾਨੂੰ ਚੌਥੀ ਪੰਜਵੀਂ ਵਾਰ ਹੋਈ 310 ਹੈ 10 ਵਧਾਈਏ ਮੈਂ 10 ਜ਼ਰੂਰ ਮੰਨ ਲੈਣਾ ਮੈਂ 10 ਜ਼ਰੂਰ ਵਧ ਦਿਆਂਗਾ ਹਾਂਜੀ ਮੈਂ ਆਪਣੇ ਭਰਾਵਾਂ ਕੇ ਸਭ ਕੁਝ ਰੱਖਣਾ ਤੁਹਾਡੇ ਤੇ ਇਨਸਾਫ ਹੈ ਵਾਰ ਦੀ ਵਾਰ ਇਹ ਗੁਜ਼ਰ ਇਹਨਾਂ ਜੁਰਮਾਨਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਬਾਕੀ ਅਦਰ ਸਾਹਿਬ ਪਤਾ ਕੀ ਗੱਲ ਹੈ ਹਾਂਜੀ ਹਾਂਜੀ 10-20 ਕਿਲੋਮੀਟਰ ਦਾ ਕੋਈ ਅਰਜ਼ ਨਹੀਂ ਆ ਉਹ ਗੱਡੀ ਵਾਲੇ ਵੀ ਚੱਲ ਜਾਂਦਾ ਜੀ ਚੱਲ ਜਾਂਦਾ 10 ਕਿਲੋ 20 ਕਿਲੋ ਮੈਂ ਜ਼ਰੂਰ ਦੇਵਾਂਗਾ ਬਾਕੀ ਵੇਖੋ ਨਾ ਜਿਹੜੇ ਰੂਟੀਨ ਮੁਤਾਬਕ ਲੋਕ ਦੇ ਰਹੇ ਨੇ ਮੇਰੇ ਭਰਾ 300 ਕਿਲੋਮੀਟਰ ਦਾ ਜ਼ਿਕਰ ਉਹ ਮੇਰੇ ਨਾਲ ਮੁਤਰਾਜ਼ ਕਰਨ ਦੇ ਵੀ ਤੂੰ ਬਾਅਦ ਕਿਉਂ ਡਿਲੀਵਰੀ ਕੀਤੀ ਉਹਨੇ ਮੈਨੂੰ ਅੱਲਾ ਤਫੀਕ ਦਿੰਦਾ ਜੀ ਮੈਂ ਕਰਦਾ ਪਿਆ ਹਾਂ ਜੀ
ਅੱਛਾ ਤੇ ਮੈਂ ਭਰਾਵਾਂ ਅਗਰ ਰਿਕੁਐਸਟ ਕਰਨਾ ਚਾਹੁੰਦਾ ਤੁਸੀਂ ਆਓ ਆਪਣੇ ਸਿਲੈਕਟ ਕਰੋ ਜਾਨਵਰ ਜਿਹੜੇ ਵੀ ਤਰੀਕੇਕਾਰ ਆਪਣੇ ਜੇ ਕੱਟੇ ਲੈਣੇ ਕੱਟੀਆਂ ਲੈਣੀਆਂ ਨੇ ਲਓ ਜੀ ਕਿਉਂ ਜੀ ਇਹ ਵਜ੍ਹਾ ਕੀ ਅੰਕਲ ਜੀ ਇੱਧਰ ਅੱਗੇ ਇੱਕ ਮੈਕ ਦਿਓ ਜੀ ਚਾਚੇ ਹਰਾਂ ਨੂੰ ਮੈਕ ਦਿਓ ਅੱਛਾ ਅੱਛਾ ਤੁਸੀਂ ਫਸਟ ਟਾਈਮ ਆਏ ਤੇ ਪਹਿਲੀ ਦਫਾ ਇਹਨਾਂ ਜ਼ਰੀਏ ਲੈਣਾ ਚਾਹੁੰਦੇ ਜੀ ਠੀਕ ਹੋ ਗਿਆ ਜੀ ਲਓ ਜੀ ਇਤਮਾਦ ਬੜੀ ਚੀਜ਼ ਹੈ ਅੰਕਲ ਜੀ ਦੇ ਬਕੌਲ ਕਹਿ ਰਹੇ ਨੇ ਕਿ ਸਿਲੈਕਟ ਭਾਈ ਸ਼ਹਿਜ਼ਾਦ ਸਾਹਿਬ ਖੁਦ ਕਰਨ ਦੇ ਲੇਕਿਨ ਵੇਖੋ ਇਤਮਾਦ ਦੀਆਂ ਗੱਲਾਂ ਨੇ ਮੈਂ ਕੱਲ ਵੀ ਇਸ ਗੱਲ ਤੇ ਟੋਬੇ ਤੇ ਗੱਲਾਂ ਕੀਤੀਆਂ ਨੇ ਤੇ ਅੱਜ ਫਿਰ ਉਹ ਗੱਲ ਇਤਮਾਦ ਬੜੀ ਚੀਜ਼ ਹੈ ਇਤਮਾਦ ਵਾਸਤੇ ਸ਼ਹਿਜ਼ਾਦ ਭਾਈ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ ਅੱਜ ਚੀਜ਼ ਤੁਹਾਡੀ ਸੁਥਰੀ ਜਾਏਗੀ ਨਾ ਇਹੋ ਤੁਹਾਡੇ ਜਿਹੜੇ ਅੰਕਲ ਜੀ ਆਏ ਨੇ ਸੌ ਬੰਦੇ ਨੂੰ ਹੋਰ ਦੱਸਣ ਦੇ ਇਹਨਾਂ ਇੱਕ ਨੂੰ ਦੱਸਿਆ ਉਹਨਾਂ ਅਗਾਂਹ ਗੱਲ ਤੁਹਾਡੀ ਫੈਲਰ ਜਾਣੀ ਹੈ ਜੀ ਇਨਸ਼ਾਅੱਲਾ ਮੈਨੂੰ ਇਹਨਾਂ ਵਜ਼ਨ ਦੱਸਿਆ ਬਾਕੀ ਮੈਂ ਭਰਾਵਾਂ ਨੂੰ ਇਹ ਆਖਾਂਗਾ ਕਿ ਜਿਹੜਾ ਮੈਨੂੰ ਸ਼ੌਕ ਨਾਲ ਵਹਿੰਦੇ ਨੇ ਜੀ ਜੀ ਮੈਂ ਇਹ ਆਖਾਂ ਵੀ 200 ਤੋਂ ਥੱਲੇ ਤੇ 150 ਦੇ ਉੱਤੇ ਕੱਟਾ ਪਾਓ ਅੱਛਾ ਅੱਛਾ ਕਿਸ ਵਾਸਤੇ ਉਹਨਾਂ ਨੂੰ ਫਾਇਦਾ ਹੋਵੇ ਤਾਂ ਕਿ ਫਿਰ ਵੀ ਮੇਰੇ ਕੋਲ ਆਉਣ ਬਿਲਕੁਲ ਸਹੀ ਗੱਲ ਹੈ ਇਹ ਚੀਜ਼ਾਂ ਇੱਥੇ ਰਹਿ ਜਾਣੀਆਂ ਨੇ ਪੈਸਾ ਇੱਥੇ ਰਹਿ ਜਾਣਾ ਜੀ ਇੱਥੇ ਰਹਿ ਜਾਣਾ ਜੇ ਅਗਰ 100 110 20 ਕਿਲੋ ਪਾਉਂਦੇ ਨੇ ਬਾਕੀ ਹੁੰਦੇ ਤੇ ਮਹੀਨਾ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਹਾਂ ਬਿਲਕੁਲ ਜੀ ਹੁੰਦੇ ਤੇ ਚੜ ਕੇ ਮਿਹਨਤ ਕਰਨੀ ਪੈਣੀ ਅੱਛਾ ਰੇਟ ਤੁਸੀਂ ਦੱਸ ਰਹੇ ਹਜੇ ਕੱਟਿਆਂ ਦਾ 270 ਰੁਪਏ ਕਿੰਨੇ ਕੇਜੀ ਤੱਕ 100 ਤੋਂ ਲੈ ਕੇ 150 ਔਰ 200 ਕਿਲੋ ਵਜ਼ਨ ਤੱਕ 200 ਕਿਲੋ ਵਜ਼ਨ ਤੱਕਣ 270 ਰੁਪਏ ਰੇਟ ਹੈ ਜੀ ਠੀਕ ਹੋ ਗਿਆ ਅਗਰ 200 ਉੱਤੇ ਕੋਈ ਲੈਂਦਾ 400 ਕੇਜੀ ਤੱਕ ਉਹਦਾ ਕੀ ਰੇਟ ਹੋਇਆ ਬਣਾਈ ਸੀ ਹਾਲਾਂਕਿ ਉਹਨੇ ਬਿਆਨ ਵੀ ਦਿੱਤੇ ਸੀ ਕਿ ਮੈਂ 280 ਨਾਲ ਲਾਹੌਰ ਕੱਟੇ ਤੋਂ ਲਾ ਕੇ ਵੀ ਆਇਆ ਸੀ ਹਾਲਾਂਕਿ ਡਿਲੀਵਰੀ ਵੀ ਉਹਨਾਂ ਦੀ ਹਾਂ ਪਿਛਲੀ ਜਿਹੜੀ 5 ਗੱਡੀਆਂ ਗਈਆਂ ਉਹਦੇ ਵਿੱਚ ਗੱਲ ਹੋਈ ਹੈ ਜੀ ਹੋਈ ਸੀ ਮੁੰਡੇ ਦੱਸਿਆ ਸੀ ਕਿ ਮੈਨੂੰ ਇਹਨੇ ਕੱਟੇ ਨਹੀਂ ਸੀ ਦਿੱਤੇ ਤੇ ਉਹ ਵਡੇਰਾ ਸੀ ਉਹਦੇ ਐਡੀ ਐਡੀ ਦਾੜੀ ਹਾਜੀ ਸੀ ਬਾਹਰ ਲੇਕਿਨ ਉਹਨੇ ਤਰਲਾ ਲਿਆ ਉਹਨੂੰ ਇਹਨੇ 25 ਕੱਟੇ ਲਦਾ ਦਿੱਤੇ 25 ਤੋਂ 26 ਕੱਟੇ ਸਿਆਲਕੋਟ ਗਿਆ ਸੀ ਮਾਸ਼ਾਅੱਲਾ ਜੀ ਅੱਛਾ ਇਹ ਤਾਂ ਕੱਟਿਆਂ ਦੀਆਂ ਗੱਲਾਂ ਹੋ ਗਈਆਂ ਹਾਂਜੀ ਕੱਟੀਆਂ ਕੱਟੀ 310 ਰੁਪਏ 310 ਰੁਪਏ ਕਿੰਨੇ ਕੇਜੀ ਦਾ 2 ਮਾਣ ਦੀ ਲਵੇ ਬਲਕਿ 2 ਮਾਣ ਦੀ ਤਾਂ ਮੈਂ ਦਿੰਦਾ ਹੀ ਨਹੀਂ ਅੱਛਾ 2.5 ਮਾਣ ਤੋਂ ਲੈ ਕੇ ਉੱਤੋਂ ਤੇ ਭਾਵੇਂ 10 ਮਾਣ ਤੇ ਕਰ ਲਵੇ 310 ਰੁਪਏ 310 ਰੁਪਏ ਰੇਟ ਦੋਗੇ 11 ਚੋਟੀਆਂ ਹਾਂਜੀ 12ਵਾਂ ਚੋਟਾ ਡਿਲੀਵਰੀ ਫ੍ਰੀ ਕੱਟਿਆਂ ਦੀ 12 ਤੱਕ ਤੇ 15 ਤੱਕ ਇਹ 15 ਕੱਟਿਆਂ ਦੀ ਕੱਟਿਆਂ ਦੀ 12 ਤੱਕ ਯਾਨੀ 12 ਕੱਟੀਆਂ ਵੱਡੀਆਂ ਚੋਟੀਆਂ ਕਹੋ ਨਾ ਕੱਟੀਆਂ ਨਾ ਯਾਨੀ ਕਿ 9 ਮਣ 10 ਮਣ ਅੱਛਾ ਜੀ 9 ਮਣ ਦੀ ਡਿਲੀਵਰੀ ਮੇਰੀ ਫ੍ਰੀ ਅੱਛਾ ਅੱਛਾ ਕੱਟੀਆਂ ਦੀ 15 ਹੀ ਛੋਟੀ ਕੱਟੀਆਂ ਦੀ ਪਿਛਲੀ ਵਾਰੀ ਤੁਸੀਂ ਵੀਡੀਓ ਬਣਾਈ ਸੀ ਜੀ ਜੀ ਇੰਜੀ ਹਾਂਜੀ ਬਿਲਕੁਲ ਛੋਟੀਆਂ ਦੇ ਵਿੱਚ ਉਹਨਾਂ ਆਖਿਆ ਵੀ ਅਸੀਂ ਇੱਕ ਛੋਟੀ ਕੱਢ ਪਾਉਣੀ ਹੈ ਤੇ ਮੈਂ ਆਖਿਆ ਨਹੀਂ ਇੰਜ ਮੈਂ ਫਿਰ ਗਲਤ ਹੋ ਜਾਵਾਂਗਾ ਮੈਨੂੰ ਫਿਰ ਲੋਕ ਆਖਣਦੇ ਕਿ ਤੂੰ ਤਾਂ 11 ਦੇ ਵੀ ਦੇ ਦੇਣਾ ਡਿਲੀਵਰੀ ਹਾਂ ਇਹ ਤੇ ਗੱਲ ਹੈ 12 ਲੈ ਕੇ ਗਏ ਸੀ ਕਿ ਨਹੀਂ ਸੀ ਲਗਾਏ ਨੇ ਲਗਾਏ ਨੇ ਜੀ ਸਰਗੋਂ ਦੇ ਛੋਟੀਆਂ ਗਈਆਂ ਨੇ 2 ਛੋਟੇ ਗਏ ਨੇ 10 ਛੋਟੀਆਂ ਗਈਆਂ ਇਤਵਾਰ ਦੀ ਗੱਲ ਹੈ ਜੀ ਇੰਜੀ ਗੱਲ ਇਤਵਾਰ ਵਾਲੇ ਡੰਗ ਬਿਲਕੁਲ ਜੀ ਇੰਜੀ ਗੱਲ ਹੈ ਜੇਕਰ ਮੈਂ ਤੇ ਗਲਤ ਹਾਂ ਮੈਨੂੰ ਤੁਸੀਂ ਆਖ ਸਕਦੇ ਨਹੀਂ ਨਹੀਂ ਸਹੀ ਹੈ ਅੱਛਾ ਇਹ ਤਾਂ ਹੋਈਆਂ ਇਹ ਗੱਲਾਂ ਮਾਸ਼ਾਅੱਲਾ ਤੁਹਾਡੇ ਕੋਲ ਨਹਾਇਤ ਹੀ ਖੂਬਸੂਰਤ ਛੋਟੀਆਂ ਵੀ ਖੜੀਆਂ ਨੇ ਫੰਡਰ ਨੇ ਗੱਬਣਾ ਨੇ ਇਹ ਫੰਡਰ ਛੋਟੀਆਂ ਨੇ ਗੱਬਣ ਨਿਕਲ ਆਵੇ ਮਾਲਕਾਂ ਦੇ ਨਸੀਬ ਬਾਕੀ ਮੈਨੂੰ ਕਈ ਆਹਦੇ ਨੇ ਕਿ ਯਾਰ ਗੱਬਣ ਛੋਟੀ ਨੇ ਚੈੱਕ ਕਰਾ ਮੈਂ ਕਿਹਾ ਨਹੀਂ ਮੈਂ ਕਰਾਉਂਦਾ ਅੱਛਾ ਆਪਾਂ ਹੁਣ ਵਿੱਚ ਤਾਂ ਵੜ ਨਹੀਂ ਸਕਿਆ ਕਿ ਉਹ ਮਾਸ਼ਾਅੱਲਾ ਜਾਨਵਰ ਇਹਨੇ ਖੜੇ ਨੇ ਤੇ ਮੈਂ ਵਿਖਾਣਾ ਚਾਹਣਾ ਭਰਾਵਾਂ ਨੂੰ ਹੁਣ ਜੋਟੀਆਂ ਨੂੰ ਤਸੱਲੀ ਨਾ ਰਸਤਾ ਦੇ ਓਏ ਜੋਟੀਆਂ ਦੇ ਸ਼ੌਕ ਕਰਵਾਈਏ ਭਰਾਵਾਂ ਦੇ ਪੂਰੇ ਤਾਂ ਕਿ ਜੋਟੀਆਂ ਵੀ ਕੋਈ ਲੈਣਾ ਚਾਹੁੰਦਾ ਆ ਪਹਿਲੀ ਜੋਟੀ ਹੈ ਬਾਈ ਸ਼ਹਿਜ਼ਾਦ ਦੀ ਆਪਣੀ ਜਿਹਨੇ 200 ਦੀ ਮੈਂ ਗੱਲ ਕਰਨਾ ਹੁੰਦਾ ਅਕਸਰ ਮੈਂ ਸ਼ਹਿਜ਼ਾਦ ਬਾਈ ਕੋ 200 ਬਗੈਰ ਨਹੀਂ ਜਾਣਾ 12 ਵਜੇ ਉਹ ਵੀ ਉਹ ਜਾਣ ਲੱਗਿਆ ਜੀ 2 ਵਜੇ 12 ਵਜੇ 12-1-2 ਵਜੇ ਤੁਸੀਂ ਅਕਸਰ ਆਉਂਦੇ ਹੋ ਕਿ ਲਿਆ ਕੇ ਅੱਲਾ ਕਰਕੇ 2 ਵਜੇ ਚੋਕਾ ਚੋਕਾ ਦੇਵੇ ਜੀ ਅਸੀਂ ਤੇ ਹੀ ਦੁਆ ਕਰ ਰਹੇ ਹਾਂ ਕਿਉਂਕਿ ਉਸ ਟਾਈਮ ਗਰਮੀ ਹੁੰਦੀ ਹੈ ਅੱਛਾ ਸ਼ਹਿਜ਼ਾਦ ਵੀ ਜੋਟੀ ਨੰਬਰ 1 ਮਾਸ਼ਾਅੱਲਾ ਇਹ ਜੋਟੀ ਚੈੱਕ ਕਰੋ ਜੀ ਇਹ ਦੁੰਦੀ ਜੀ ਇਹ ਦੁੰਦੀ ਜੋਟੀ ਮਾਸ਼ਾਅੱਲਾ ਪਿੱਛਾ ਚੈੱਕ ਕਰੋ ਜ਼ਿਆਦਾ ਗੱਲਾਂ ਨਹੀਂ ਕਿਉਂਕਿ ਇਤਰਾਜ਼ ਮੈਂ ਜੇ ਬੋਲਾਂ ਖੂਬਸੂਰਤੀ ਹੋਵੇ ਤਦ ਵੀ ਆਉਂਦੇ ਨੇ ਇਹ ਜੀ ਬਾਈ ਤੁਸੀਂ ਸਮਝਦਾਰ ਜੇ ਭਾਈ ਜਾਨ ਮੈਂ ਖੂਬਸੂਰਤੀ ਲਿਆ ਦਾ ਬੋਲਾਂ ਲੇਕਿਨ ਅੱਜ ਮੈਂ ਨਹੀਂ ਬੋਲਾਂਗਾ ਜਾਨਵਰ ਹੀ ਬੋਲਣ ਦੇ ਤੇ ਮਾਸ਼ਾਅੱਲਾ ਜੀ ਚੈੱਕ ਕਰੋ ਇੱਕ ਦੋਸਤ ਨੇ ਮੈਨੂੰ ਵੀਡੀਓ ਵੀ ਗੱਲੀ ਸੀ ਕਿ ਇਹ ਜੀ ਬਾਈ ਕੋ ਜੋਟੀ ਇਸ ਤਰੀਕੇ ਦੇ ਹੋਵੇ ਲੇਕਿਨ ਇਹ ਹੈ ਫੰਡਰ ਹੈ ਉਹਨੇ ਮੈਨੂੰ ਆਖਿਆ ਸੀ ਮਿਲਦੀ ਹੋਵੇ ਮਾਸ਼ਾਅੱਲਾ ਸੋਹਣੀ ਜੋਟੀ ਹੈ ਚੈੱਕ ਕਰੋ ਜੀ ਮਾਸ਼ਾਅੱਲਾ ਇਹ ਅੱਛਾ ਇਹਦਾ ਵਜ਼ਨ ਕਿੰਨਾ ਹੋਏਗਾ ਸ਼ਹਿਜ਼ਾਦ ਬਾਈ 450 ਕਿਲੋ ਹੋਏਗਾ 450 ਕਿਲੋ 310 ਰੁਪਏ ਕਿਲੋ ਦੇਓਗੇ ਜੀ 310 ਪਿਓਰ ਨੀਲੀ ਦੀ ਹੈ ਪਿਓਰ ਨੀਲੀ ਦੀ ਬਾਈ ਜਾਨ ਪਿਓਰ ਨੀਲੀ ਦੀ ਅੱਗੇ ਜੀ ਇਹ ਜੋਟੀ ਨੰਬਰ 2 ਵਿਖਾਓ ਜੀ ਇਹਦਾ ਕੀ ਰੇਟ ਹੈ ਜੀ ਇਹ 400 ਹੋਣੀ ਹੈ 400 ਕਿਲੋ ਜੀ 10 ਕਿਲੋ ਕੱਟ ਜਾਈਏ 310 ਰੁਪਏ ਜੀ ਮੂੰਹ ਕੀ ਹੈ ਮੂੰਹ ਦੋਂਦੀ ਮੂੰਹ ਦੋਂਦੀ ਜੀ ਛੋਟੀ ਨੰਬਰ 3 ਜੀ ਸ਼ਹਿਜ਼ਾਦ ਬਾਈ ਕੋਈ ਨਹੀਂ ਤੁਸੀਂ ਉਹ ਇਸ਼ਾਰਾ ਕਰਾ ਮੈਂ ਕੈਮਰਾ ਵਿਖਾਈ ਜਾਣਾ ਜੀ ਛੋਟਾ ਰੱਖ ਦਿੱਤਾ ਇਹ 3 ਨੰਬਰ ਇਹ ਹੈ ਜੀ 3 ਨੀਲੀ ਰਾਵੀ ਦੀ ਨੀਲੀ ਰਾਵੀ ਦੀ ਸਿੰਗੀਆਂ ਨਿੱਕੀਆਂ ਨਿੱਕੀਆਂ ਨੇ ਚੈੱਕ ਕਰੋ ਜੀ ਆ ਵੇਖੋ ਛੋਟੀਆਂ ਛੋਟੀਆਂ ਸਿੰਗੀਆਂ ਨੇ ਚੈੱਕ ਕਰੋ ਤਾਂ ਕਿ ਭਰਾ ਵੇਖ ਸਕਣ ਥੋੜਾ ਅੱਗੇ ਰਸ਼ ਦੇ ਜਾਨਵਰ ਮਾਸ਼ਾਅੱਲਾ ਜ਼ਿਆਦਾ ਨੇ ਇਹ ਚੈੱਕ ਕਰੋ ਜੀ
ਸਲੀ ਕਰੋ ਜੀ ਮਾਸ਼ਾਅੱਲਾ ਸੂਰਜ ਪੱਲੀ ਸਾਈਡ ਤਾਂ ਵਸੇ ਸਹੀ ਨਜ਼ਰ ਨਹੀਂ ਆ ਰਿਹਾ ਜੀ ਸ਼ਹਿਜ਼ਾਦ ਭਾਈ ਉੱਤੇ ਵਿਖਾਈ ਜਾਂਦੇ ਆਪਾਂ ਮਾਸ਼ਾਅੱਲਾ ਕੋਈ ਮਸਲਾ ਬਿੱਲਾਂ ਨੇ ਮੈਂ ਤੁਹਾਨੂੰ ਇੰਨੀ ਗਰੰਟੀ ਦੇ ਸਕਦਾ ਬਿੱਲਾਂ ਨੇ ਗਿੱਠ ਗਿੱਠ ਦੀ ਬਿੱਲਾਂ ਦੇ ਨਾਲ ਥਣ ਲੱਗੇ ਨੇ ਮਾਸ਼ਾਅੱਲਾ ਬੁੱਟਾ ਚੈੱਕ ਕਰੋ ਮਾਸ਼ਾਅੱਲਾ ਵੇਲ ਚੈੱਕ ਕਰੋ ਕੱਦ ਕਾਰ ਚੈੱਕ ਕਰੋ ਮਾਸ਼ਾਅੱਲਾ ਜੀ ਇਹ ਜੋੜੀ ਚੈੱਕ ਕਰੋ ਜੀ ਇਹ ਵੀ ਪਿਓ ਨੇ ਵੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਸੋਹਣੀ ਜੁੜੀਆਂ ਲੈ ਤੇ ਆਉਂਦੇ ਨੇ ਸ਼ਹਿਜ਼ਾਦ ਭਾਈ ਤੇ ਜਾਨਵਰ ਵੇਖੋ ਜੀ ਖੂਬਸੂਰਤੀ ਹਰ ਜਾਨਵਰ ਦੀ ਆਪਣੀ ਕੁਆਲਿਟੀ ਚੈੱਕ ਕਰੋ ਮਾਸ਼ਾਅੱਲਾ ਤੁਸੀਂ ਕਹਿੰਦੇ ਜਾਨਵਰ ਸ਼ਹਿਜ਼ਾਦ ਭਾਈ ਕਮਜ਼ੋਰ ਲੈ ਕੇ ਆਉਂਦੇ ਨੇ ਉਹਦਾ ਵੀ ਰਾਜ਼ ਬਾਈ ਸ਼ਹਿਜ਼ਾਦ ਨੇ ਦੱਸਿਆ ਅੱਛਾ ਸ਼ਹਿਜ਼ਾਦ ਭਾਈ ਜਾਂਦੀ ਜਾਂਦੀ ਵਾਰੀ ਮੈਂ ਇੱਕ ਤੁਹਾਡੇ ਸਵਾਲ ਪੁੱਛਣਾ ਚਾਹਾਂ ਮੇਰੇ ਦੋਸਤਾਂ ਕਾ ਇਸ ਸਾਈਡ ਤੇ ਆਓ ਤਾਂ ਕਿ ਚਿਹਰਾ ਸਹੀ ਨਜ਼ਰ ਆਵੇ ਤੁਹਾਡਾ ਸਵਾਲ ਇਹ ਹੈ ਕਿ ਜੋਟੀਆਂ ਦੇ ਇਕੱਠੀਆਂ ਦੇ ਬੰਦਰ ਲੈ ਕੇ ਕੁਝ ਦੋਸਤ ਕਹਿੰਦੇ ਨੇ ਅਸੀਂ ਨਾ ਫੰਡਰ ਜੋਟੀਆਂ ਕਿੰਨੇ ਵਜੇ ਜਿਹੜੀ ਆਂਦਰ ਕਰਾਸ ਹੋ ਜਾਏ ਉਹ ਕਿੰਨੇ ਵਜੇ ਨਾਲ ਕਿੰਨੇ ਦਿਨ ਨਾਲ ਕਰਾਸ ਹੋ ਜਾਂਦੀ ਹੈ ਭਾਈ ਜਾਨ ਜਿਹੜੀ 350 ਤੋਂ ਲੈ ਕੇ 400 ਕਿਲੋ ਵਜ਼ਨ ਤੱਕ ਪਾਉਣੀ ਹੈ ਨਾ ਚੋਟੀ ਜੀ ਜੀ ਭਾਈ ਉਹ ਭਾਈ ਜਾਨ ਤਕਰੀਬਨ 10 ਦਿਨਾਂ ਦੇ ਯਾਨੀ ਕਿ ਮਹੀਨੇ ਦੇ ਅੰਦਰ ਅੰਦਰ ਗੱਭਣ ਹੋ ਸਕਦੇ ਮਹੀਨੇ ਦੇ ਅੰਦਰ ਅੰਦਰ ਗੱਭਣ ਹੋ ਸਕਦੇ 300 350 ਗੁਜਰਾਤ ਬਿਲਕੁਲ ਮਿਰਜ਼ਾ ਯਾਸਰ ਦੇ ਨੇ ਜੀ ਬਿਲਕੁਲ ਅੱਛਾ ਅੱਛਾ ਮਾਸ਼ਾਅੱਲਾ ਜੀ ਚੁਣ ਚੁਣ ਕੇ ਲਿਆ ਨਿੱਕੇ ਨਿੱਕੇ ਸਿੰਘੀਆਂ ਵਾਲੇ ਇਹ ਕਿੱਥੋਂ ਇੰਨੀ ਮਿਹਨਤ ਕਰ ਲੈਂਦੇ ਨੇ ਸ਼ਹਿਜ਼ਾਦ ਬਾਈ ਮਾਸ਼ਾਅੱਲਾ ਬੜੀ ਮਿਹਨਤ ਕਰਦੇ ਨੇ ਜੀ ਅੱਲਾਹ ਤਾਲਾ ਅੱਗੇ ਦੁਆਇਆ ਜੀ ਅੱਲਾਹ ਇਹਨਾਂ ਦਾ ਕਾਰੋਬਾਰ ਇਸ ਬਰਕਤ ਆ ਫਰਮਾਇਆ ਜੀ ਦੁਬਾਰਾ ਅੱਛਾ ਗੱਬਣ ਜੋੜੀਆਂ ਨੀ ਸ਼ਹਿਜ਼ਾਦ ਭਾਈ ਦੇ ਰਹੇ ਤੁਸੀਂ ਗੱਬਣ ਦਾ ਪਾਈ ਜਾਨ ਵਕਤ ਬੜਾ ਹੈ ਅੱਛਾ ਟੈਨਸ਼ਨ ਬੜੀ ਪਰੇਸ਼ਾਨੀ ਸਾਡੇ ਕੋਲ ਇਹ ਨਹੀਂ ਆਰਡਰ ਮੁੱਕਦਾ ਅੱਛਾ ਇਹ ਆਰਡਰ ਨਹੀਂ ਮੁੱਕਦਾ ਇਹ ਸਾਡੇ ਕੋਲ ਯਾਨੀ ਕਿ ਨਾ ਇਹ ਨਹੀਂ ਆਰਡਰ ਮੁੱਕਦਾ ਅੱਛਾ ਅਸੀਂ ਇਹ ਪੂਰੇ ਕਰ ਲਈਏ ਤਾਂ ਬੜੀ ਗੱਲ ਹੈ ਅੱਛਾ ਜੀ ਇਹ ਬੱਚਿਆਂ ਨੂੰ ਸ਼ੌਕ ਸੀ ਵੀਡੀਓ ਚਾਹਣ ਦਾ ਬਿਲਕੁਲ ਤੇ ਇਹ ਜਾਨਵਰ ਲੈ ਕੇ ਜਾ ਰਹੇ ਸਾਡਾ ਭਤੀਜਾ ਤੇ ਇਹ ਚੈੱਕ ਕਰ ਹਾਂ ਬਾਈ ਕੀ ਨਾਂ ਹੈ ਜ਼ੈਨ ਅਲੀ ਜੀ ਬੱਚੇ ਦਾ ਨਾਂ ਜੀ ਚੋਟੀਆਂ ਲੈ ਕੇ ਜਾ ਰਹੇ ਕੱਟੇ ਜੋਟੀਆਂ ਸ਼ੌਕ ਨਾਲ ਪਾਲਣੀਆਂ ਨੀ ਇਹਨਾਂ 4 ਤੋਂ 5 ਛੋਟੀਆਂ ਲੈ ਕੇ ਜਾਣੀਆਂ 4 ਤੋਂ 5 ਜੀ ਇਹ ਕਿਹੜੀ ਜਗ੍ਹਾ ਤੇ ਜਾਣਾ ਉਹਦੇ ਨਾਲ ਖੜੋ ਜਾ ਸਰਗੋਦੇ ਤੇ ਭਾਈ ਜੀ ਲੱਗੇ ਸਰਗੋਦੇ ਛੋਟੀਆਂ ਗਈਆਂ ਜੀ ਪਤਾ ਹੀ 10 ਛੋਟੀਆਂ 2 ਛੋਟੇ ਗਏ ਹਾਂ ਬਿਲਕੁਲ ਗਏ ਨੇ ਬਿਲਕੁਲ ਜੀ ਜੀ ਠੀਕ ਹੋ ਸ਼ਹਿਜ਼ਾਦ ਭਾਈ ਵੀਡੀਓ ਲੰਮੀ ਹੋ ਗਈ ਅਗਰ ਹੋਰ ਇਸ ਤੋਂ ਇਲਾਵਾ ਵਜ਼ਨ ਦੇ ਹਿਸਾਬ ਨਾਲ ਭਾਈ ਸ਼ਹਿਜ਼ਾਦ ਮੋਟੇ ਨਾਲ ਕੋਈ ਜਾਨਵਰ ਨਹੀਂ ਦੇ ਰਿਹਾ ਜੀ ਜੀ ਮੋਟੇ ਨਾਲ ਨੇ ਵਜ਼ਨ ਦੇ ਨਾਲ ਕਟੀਆਂ ਕੱਟੇ ਜੋਟੇ ਜੋਟੀਆਂ ਵੱਛੀਆਂ ਵੱਛੇ ਇਹ ਭਾਈ ਸ਼ਹਿਜ਼ਾਦ ਕੋਲ ਮਿਲਣ ਦੇ ਤੇ ਬਗੈਰ ਐਡਵਾਂਸ ਜਾਨਵਰ ਨਹੀਂ ਮਿਲ ਅਗਰ ਮੌਜੂਦ ਹੋਆ ਤੇ ਦੇਣਗੇ ਸ਼ਹਿਜ਼ਾਦ ਭਾਈ ਹਾਂਜੀ ਭਾਈ ਜਾਨ ਮੇਰੇ ਕੋਲ ਫਾਲਤੂ ਜਾਨਵਰ ਖੜੇ ਹੋਏ ਮੈਂ ਕੋਈ ਕਿਸੇ ਨੂੰ ਨਾ ਨਹੀਂ ਹੈ ਜੀ ਠੀਕ ਹੋ ਸਰ ਬਹੁਤ ਮਿਹਰਬਾਨੀ ਥੈਂਕ ਯੂ ਅਗਰ ਆਪਕੋ ਹਮਾਰੀ ਵੀਡੀਓ ਅੱਛੀ ਲੱਗੇ ਤੋ ਲਾਈਕ ਕਰੇਂ ਕਮੈਂਟਸ ਕਰੇਂ ਸ਼ੇਅਰ ਕਰੇਂ ਦੋ ਮੈਂ ਯਾਦ ਰੱਖੇ ਨੈਕਸਟ ਵੀਡੀਓ ਤੱਕ ਇੰਤਜ਼ਾਰ ਕਰੇਂ ਆਪਦੀ ਇਜਾਜ਼ਤ ਦੀਜੀ ਆਪਣੇ ਭਾਈ ਏਜੀਜ਼ਰ ਖਾਂ ਕੋ ਅਸਲਾਮ ਵਾਲੇਕੁਮ ਰਹਿਮਤੁਲਾਹਿ ਬਰਕਾਤੁ ਸਾਸ ਪਾਕ ਆਰਮੀ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਕਾ ਕਮੈਂਟਸ ਲਾਜ਼ਮੀ ਕੀਜੀਏਗਾ